ਸਤਿ ਸ਼੍ਰੀ ਅਕਾਲ ਜੀ। ਅੱਜ ਤੁਹਾਨੂੰ ਬਹੁਤ ਹੀ ਸੋਹਣਾ ਬਹੁਤ ਪਿਆਰਾ ਡਿਜ਼ਾਈਨਰ ਲੁੱਕ ਦਾ ਸੂਟ ਦਿਖਾਉਣਿਆ ਜਿਹੜਾ ਕਿ ਆਪਾਂ ਨੇ ਪਫ ਮਸ਼ੀਨ ਦੇ ਉੱਪਰ ਰੈਡੀ ਕੀਤਾ। ਇਹ ਆਪਣੀ ਪਫ ਵਾਲੀ ਮਸ਼ੀਨ ਦੇ ਉੱਪਰ ਬਣਿਆ ਹੋਇਆ ਪਫ ਦਾ ਕੰਮ ਹੈ ਜੀ ਸਾਰਾ ਮਸ਼ੀਨ ਵਰਕ ਨਾਲ ਐਂਡ ਸ਼ੀਸ਼ੇ ਲੱਗੇ ਹੋਏ ਆ ਸੂਟ ਦੇ ਵਿੱਚ। ਮਿਰਰ ਦਾ ਵੀ ਕੰਮ ਹੈ। ਤੁਸੀਂ ਦੇਖੋਗੇ ਸੂਟ ਲੁੱਕ ਵਾਈਜ਼ ਇੰਨਾ ਜ਼ਿਆਦਾ ਸੋਹਣਾ ਲੱਗਦਾ। ਮੈਂ ਵੀ ਆਪਣਾ ਸੇਮ ਕਲਰ ਦਾ ਸੇਮ ਸੂਟ ਹੀ ਰੈਡੀ ਕੀਤਾ ਗਾ। ਮੇਰਾ ਵੀ ਬਹੁਤ ਸੋਹਣਾ ਇੱਦਾਂ ਦਾ ਹੀ ਸੂਟ ਬਣੂੰਗਾ। ਅਤੇ ਇਹ ਪਹਿਲਾਂ ਆਪਾਂ ਇੱਕ ਕਸਟਮਰ ਦਾ ਬਣਾਇਆ ਜੀ, ਉਹਨਾਂ ਨੂੰ ਭੇਜ ਰਹੇ ਹਾਂ। ਉਸ ਤੋਂ ਬਾਅਦ ਮੈਂ ਆਪਦਾ ਲਈ ਵੀ ਮੈਂ ਸੋਚਿਆਗਾ ਵੀ ਇੱਦਾਂ ਦਾ ਸੂਟ ਬਣਾਵਾਂ, ਪਰ ਹੋ ਸਕਦਾ ਉਹਦਾ ਡਿਜ਼ਾਇਨ ਉਨੀ ਕਿ ਇੱਧਰ ਉੱਧਰ ਹੋ ਜਾਵੇ। ਅਤੇ ਤੁਸੀਂ ਦੇਖੋ ਸੂਟ, ਅਤੇ ਸੂਟ ਦੇ ਵੱਲ ਇੱਕ ਵਾਰ ਝਾਤ ਮਾਰੋ ਵੀ ਸੂਟ ਕਿੰਨਾ ਸੋਹਣਾ ਲੱਗਦਾ। ਲੁੱਕ ਵਾਈਜ਼ ਬਹੁਤ ਸੋਹਣਾ ਲੱਗਦਾ। ਇਹ ਜੋਰਜੱਟ ਦਾ ਫੈਬਰਿਕ ਹੈ ਜੀ, ਵਿਸਕੋਸ ਵਾਲੀ ਜੋਰਜੱਟ ਹੈ ਜਿਹੜੀ, ਉਹਦੇ ਉੱਪਰ ਬਣਾਇਆ ਹੋਇਆ ਸੂਟ ਹੈ। ਬਹੁਤ ਪਿਆਰਾ ਲੁੱਕ ਵਾਈਜ਼, ਨੈੱਕ ਵੀ ਬਹੁਤ ਸੋਹਣਾ ਬਣਿਆ ਹੋਇਆ ਜੀ, ਨੈੱਕ ਬਹੁਤ ਪਿਆਰਾ ਬਣਿਆ ਹੋਇਆ। ਅਤੇ ਇਹ ਦੋ ਕਲੀਆਂ ਜਾ ਰਹੀਆਂ ਨੇ। ਕੋਰਨਰ ਦੇ ਵਿੱਚ ਵੀ ਇਹਦੇ ਇੱਕ ਟੂ ਆਪਾਂ ਫਲਾਵਰ ਜਿਹੜੇ ਦਿੱਤੇ ਹੈਗੇ ਉਹ ਬਹੁਤ ਸੋਹਣੇ ਲੱਗਦੇ ਆ। ਇਹ ਦੋਨੋਂ ਕੋਰਨਰ ਦੇ ਵਿੱਚ ਇੱਕ ਫਲਾਵਰ ਵੀ ਦਿੱਤੇ ਆ। ਨੀਚੇ ਆਪਾਂ ਕੱਟ ਵਰਕ ਦੀ ਇੱਕ ਲਾਈਨ ਦਿੱਤੀ ਆ। ਬਹੁਤ ਸੋਹਣਾ ਬਹੁਤ ਪ੍ਰਿਟੀ ਲੱਗ ਰਿਹਾ ਇਹ ਸੂਟ, ਅਤੇ ਇਹਦਾ ਡਿਜ਼ਾਈਨਰ ਲੱਗਦਾ ਬਹੁਤ ਸੋਹਣਾ। ਜਦੋਂ ਵੇਅਰ ਕਰਨਗੇ ਤਾਂ ਬਹੁਤ ਸੋਹਣਾ ਲੱਗੂ। ਇਹਦੇ ਨਾਲ ਇਹ ਪਲਾਜ਼ੋ ਆ ਜਿਹੜਾ ਆਪਣੇ ਮੀਡੀਅਮ ਜੀ ਲੁੱਕ ਦਾ ਬਣਾਇਆ ਗਾ, ਜ਼ਿਆਦਾ ਖੁੱਲ੍ਹੀ ਮੂਰੀ ਨਹੀਂ, ਮੀਡੀਅਮ ਮੂਰੀ ਦੇ ਹੀ ਪਲਾਜ਼ੋ ਬਣਾਇਆ ਲਾਸਟਿਕ ਪਾ ਕੇ। ਅਤੇ ਨਾਲ ਨਾਲ ਮੈਂ ਤੁਹਾਨੂੰ ਸੂਟ ਬਾਰੇ ਦਿਖਾਉਣੀ ਆ। ਸੂਟ ਦਾ ਜਿਹੜਾ ਨੈੱਕ ਹੈ, ਨੈੱਕ ਦਾ ਡਿਜ਼ਾਈਨ ਦੇਖੋ ਤੁਸੀਂ ਡੀਪਲੀ ਕਿੰਨਾ ਸੋਹਣਾ ਲੱਗਦਾ। ਸਕਾਈ ਕਲਰ ਦਾ ਸੂਟ ਹੈ। ਸੂਟ ਦੇ ਉੱਪਰ ਆਪਣੇ ਔਰੇਂਜ, ਮਜੰਟਾ, ਪਿੰਕ ਅਤੇ ਮਸਟਰਡ ਸ਼ੇਡ ਐਂਡ ਇਹ ਸੀ ਗ੍ਰੀਨ, ਗ੍ਰੀਨ ਜਿਹਾ ਕਲਰ ਹੈ ਇਹ, ਗ੍ਰੀਨ ਕਲਰ, ਇਹ ਸਾਰੇ ਕੋਂਬੀਨੇਸ਼ਨ ਮਿਲਾ ਕੇ ਹੀ ਆਪਾਂ ਨੇ ਇਹਦਾ ਇੱਕ ਕੰਟਰਾਸਟ ਬਣਾਇਆ। ਸਾਰੇ ਕੰਟਰਾਸਟਾਂ ਨੂੰ ਨਾਲ ਮਿਲਾ ਕੇ ਆਪਾਂ ਇੱਕ ਡਿਜ਼ਾਇਨ ਬਹੁਤ ਸੋਹਣਾ ਬਣਾਇਆ ਗਾ, ਜਿਹੜਾ ਕਿ ਡਿਜ਼ਾਇਨ ਬਹੁਤ ਲੁੱਕ ਵਾਈਜ਼ ਸੋਹਣਾ ਲੱਗਦਾ ਗਾ। ਇਹਦੇ ਤੁਸੀਂ ਨਾਲ ਕੋਈ ਵੀ ਦੁਪੱਟਾ ਲੈ ਸਕਦੇ ਹੋ। ਵੈਸੇ ਮਲਟੀ ਟਾਈ ਐਂਡ ਡਾਈ ਦਾ ਦੁਪੱਟਾ ਵੀ ਬਹੁਤ ਸੋਹਣਾ ਲੱਗੂਗਾ। ਅਸੀਂ ਨੇ ਇਹਦੇ ਨਾਲ ਦੁਪੱਟਾ ਸੇਮ ਕਲਰ ਦਾ ਹੀ ਰੈਡੀ ਕੀਤਾ ਸੀ ਜੀ। ਉਹਦੇ ਕੋਰਨਰ ਦੇ ਉੱਪਰ ਇਹ ਫਲਾਵਰ ਬਣੇ ਹੋਏ ਸੀ ਅਤੇ ਸਾਈਡਾਂ 'ਤੇ ਕੱਟ ਵਰਕ ਸੀਗਾ ਦੁਪੱਟੇ ਦੇ। ਮੈਂ ਤੁਹਾਨੂੰ ਦਿਖਾਉਣੀ ਆ ਨੈਕਸਟ ਸੂਟ, ਜਿਹੜਾ ਕਿ ਉਹ ਵੀ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ। ਦੂਸਰਾ ਸੂਟ ਵੀ ਦਿਖਾਉਣ ਚੱਲੇ ਹਾਂ ਜਿਹੜਾ ਕਿ ਬਹੁਤ ਸੋਹਣਾ ਬਣਿਆ ਹੋਇਆ, ਬਹੁਤ ਸੋਹਣੀ ਡਿਜ਼ਾਈਨਿੰਗ ਆ, ਗਰਲਿਸ਼ ਲੁੱਕ ਆ ਉਹਦੀ। ਸਲੀਵਸ ਐਂਡ ਮੂਰੀਆਂ ਦੇ ਉੱਪਰ ਹੀ ਵਰਕ ਆ ਅਤੇ ਫਰੰਟ ਅਤੇ ਨੈੱਕ ਦੇ ਉੱਪਰ ਥੋੜ੍ਹਾ ਜਿਹਾ ਡਿਜ਼ਾਈਨਿੰਗ ਕੀਤਾ ਹੋਇਆ, ਤੁਸੀਂ ਦੇਖ ਸਕਦੇ ਹੋ। ਦੇਖੋ ਜੀ ਤੁਸੀਂ ਜਿਹੜੀਆਂ ਬਾਹਾਂ ਨੇ, ਬਾਹਾਂ ਦਾ ਵੀ ਵਰਕ ਬਹੁਤ ਸੋਹਣਾ ਹੋਇਆ ਹੋਇਆ ਗਾ। ਇਹ ਬਾਹਾਂ ਦੇ ਉੱਪਰ ਇੱਕ ਫਲਾਵਰ ਬਣਿਆ ਹੋਇਆ, ਜਿੰਨੇ ਕਲਰਾਂ ਦੇ ਫਲਾਵਰ ਬਣੇ ਹੋਏ ਸੀ, ਜਿੰਨੇ ਕਲਰਾਂ ਦਾ ਵਰਕ ਹੋਇਆ ਹੋਇਆ ਸੀ ਉਹਨੂੰ ਦੇਖਦੇ ਹੋਏ ਅਸੀਂ ਨੇ ਇੱਕ ਪੋਟਲੀ ਬਟਨ ਬਣਾਇਆ, ਜਿਹੜੇ ਕਿ ਬਹੁਤ ਸੋਹਣੇ ਲੱਗਦੇ ਆ। ਇਹ ਪ੍ਰੈਸ ਨਾਲ ਵੀ ਨਹੀਂ ਚਿਪਕਦੇ, ਬਹੁਤ ਵਧੀਆ ਹਾਰਡ ਅਸੀਂ ਬਣਾਉਣੇ ਆਗੇ। ਅਤੇ ਨਾਲ ਨਾਲ ਤੁਸੀਂ ਦੇਖ ਸਕਦੇ ਹੋਗੇ ਇਹਦਾ ਸ਼ਰਟ ਦਾ, ਦੇਖੋ ਇਹ ਪੂਰੀ ਸ਼ਰਟ ਪ੍ਰੋਪਰਲੀ ਤੁਸੀਂ ਦੇਖ ਰਹੇ ਹੋ, ਬਹੁਤ ਸੋਹਣੀ ਲੱਗਦੀ ਆ। ਇੱਦਾਂ ਇਹ ਵਰਕ ਹੋਇਆ ਹੋਇਆ ਸ਼ਰਟ ਹੈ ਪੀਸ, ਅਤੇ ਇਹਦੇ ਨਾਲ ਇਹ ਦੇਖੋ ਇਹ ਸਲਵਾਰ ਹੈ ਜੀ, ਸਲਵਾਰ ਵੀ ਬਹੁਤ ਸੋਹਣੀ ਲੱਗਦੀ ਆ। ਸਲਵਾਰ ਦੇ ਜਿਹੜੇ ਪੌਂਚੇ ਨੇ, ਪੌਂਚਿਆਂ ਦੇ ਸੈਂਟਰ ਦੇ ਵਿੱਚ ਇਹ ਵਾਲਾ ਵਰਕ ਹੈ ਜੀ, ਇਹ ਪੌਂਚਿਆਂ 'ਤੇ ਆ ਸਲਵਾਰ ਦੇ, ਅਤੇ ਇਹ ਦੇਖੋ ਬਾਹਾਂ 'ਤੇ ਆ ਗਿਆ ਵਰਕ। ਇਹ ਦੋਨੇ ਜਗ੍ਹਾ ਦੇ ਉੱਪਰ ਹੀ ਆਪਾਂ ਨੇ ਵਰਕ ਜਿਹੜਾ ਕੀਤਾ ਗਾ, ਜਿਹੜਾ ਕਿ ਬਹੁਤ ਸੋਹਣਾ ਲੱਗਦਾ ਲੁੱਕ ਵਾਈਜ਼। ਆਪਾਂ ਤੁਹਾਨੂੰ ਦਿਖਾਈ ਦਿੱਤਾ ਇਹ ਸਲਵਾਰ ਦੇ ਪੌਂਚਿਆਂ 'ਤੇ ਵਰਕ ਹੋ ਗਿਆ ਜੀ, ਅਤੇ ਇਹ ਵਾਲਾ ਹੋ ਗਿਆ ਬਾਹਾਂ 'ਤੇ, ਇਹ ਸਲਵਾਰ, ਇਹ ਬਾਜੂ ਦਾ ਵਰਕ ਹੋ ਗਿਆ, ਅਤੇ ਨੈੱਕ ਦੇ ਉੱਪਰ ਆਪਣੇ ਜਿਹੜੇ ਪੋਟਲੀ ਬਟਨ ਨੇ ਉਹ ਲਗਾਏ ਨੇ। ਬਹੁਤ ਸੋਹਣਾ ਲੱਗਦਾ ਸੂਟ, ਬਹੁਤ ਪ੍ਰਿਟੀ ਲੱਗਦਾ। ਇਹ ਗਰਲਿਸ਼ ਟੂਨ ਦਾ, ਗਰਲਿਸ਼ ਲੁੱਕ ਹੈ ਇਹਦੇ ਵਿੱਚ ਸਾਰੀ, ਅਤੇ ਜਿੱਦਾਂ ਆਪਾਂ ਕਹਿ ਦਿੰਦੇ ਹਲਕਾ ਫੁਲਕਾ ਜਾਂ ਗਰਮੀਆਂ ਲਈ ਲਾ ਲਓ, ਵੈਸੇ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਜਾਣ ਲਈ ਬਣਵਾ ਲੈਂਦੇ ਹਾਂ, ਇਹ ਉੱਦਾਂ ਦੇ ਸੂਟ ਨੇ, ਬਹੁਤ ਸੋਹਣੇ ਲੱਗਦੇ ਆ ਪਾਏ ਹੋਏ ਹਲਕੇ ਫੁਲਕੇ। ਅਤੇ ਜੀ ਤੁਸੀਂ ਮੇਰੇ ਨਾਲ ਜ਼ਰੂਰ ਕੰਟੈਕਟ ਕਰਿਆ ਕਰੋ ਅਤੇ ਸਾਨੂੰ ਜ਼ਰੂਰ ਆਰਡਰ ਦਿਆ ਕਰੋ, ਤਾਂ ਕਿ ਤੁਹਾਨੂੰ ਇੱਦਾਂ ਦੇ ਮਸ਼ੀਨ ਵਰਕ, ਹੈਂਡ ਵਰਕ, ਆਰੀ ਪਲੱਸ, ਹੈਂਡ ਪੇਂਟ, ਬਲੌਕ ਪੇਂਟ ਅਤੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਕੰਟੈਕਟ। ਅਸੀਂ ਹਰ ਤਰ੍ਹਾਂ ਦਾ ਹੀ ਕੰਮ ਰੈਡੀ ਕਰਦੇ ਹਾਂ ਤੁਹਾਡੀ ਇੱਛਾ ਗੀ ਸਾਨੂੰ ਕੰਮ ਦੇਣ ਦੀ, ਅਤੇ ਅਸੀਂ ਤੁਹਾਡਾ ਕੰਮ ਕਰਨ ਲਈ ਰੈਡੀ ਹਾਂ ਗੀ। ਸਾਨੂੰ ਜ਼ਰੂਰ ਕੰਮ ਦਾ ਮੌਕਾ ਦਿਓ ਜੀ। ਥੈਂਕ ਯੂ ਜੀ ਵੀਡੀਓ ਨੂੰ ਸ਼ੇਅਰ ਕਰਨ ਲਈ।